الشيطان الرجيم بسم الله الرحمن الرحيم الصلوات ملعون لوٹ
ਟਿਦਾਰਿਆ ਉਹ ਜੱਡਾ ਲਾਹਨ ਲਗਾਏ ਦੁਰ ਦੀ ਤੜੀ ਦੇ ਮੈਂ ਕੋ ਕਤਲ ਤੇਰਾ ਭੁੱਲ ਆਵਾਜ਼ ਆਏ ਲੋਟੀ ਜੋ ਪੈ ਗਈ ਏ ਬਦਮਾਸ਼ ਵੇੜੇ ਆ ਗਏ। ਹਰ ਕਿਸੇ ਇਬਾਦਤ ਕਰ ਲਈਏ ਸਿਰਫ ਇੱਕ ਰਵਾਇਤ ਸੁਣਾ ਕੇ ਮੈਂ ਨਿਹਾਇਤ ਕਾਬਲ ਇਹਤਰਾਮ ਨੂੰ ਮਿੰਬਰ ਦੇਵਾਂ ਲੱਗਾ। ਬਿਰਾਵਾਂ ਦੀਆਂ ਲਾਸ਼ਾਂ ਤੋਂ ਬੇਣੀ ਚੁੱਪ ਕਰਕੇ ਸ਼ਾਮ ਤੁਰ ਗਈ। 1648 ਮੀਲ ਦਾ ਸਫ਼ਰ ਤੈਅ ਕਰਕੇ ਅਲੀ ਦੀ ਧੀ ਬਾਜ਼ਾਰੇ ਸ਼ਾਮ 'ਚ ਆ ਗਏ ਅਤੇ ਜਿਹੜੇ ਵੇਲੇ ਮੁਨਾਦੀ ਪੜੀ ਗਈ ਹੈ ਨਾ ਇੱਕ ਐਲਾਨ ਹੋਇਆ ਹੈ ਸ਼ਾਮਾ ਲਿਓ ਬਾਗੀ ਆ ਗਏ। ਕਿਸ ਸੁਣੇ ਮੈਂ ਕਿ ਪਿਆਨਾ ਬਸ ਐਲਾਨ ਹੋਵਣਾ ਹਾਂ 1.25 ਲੱਖ ਕਮੀਨਿਆਂ ਦੀ ਭੀੜ ਹੋ ਗਈ ਅਤੇ ਕਸਬੋਰ ਵਾਲਿਓ ਤੁਹਾਨੂੰ ਪਤਾ ਹੈ ਜਿੱਥੇ ਰਸ਼ ਹੋਵੇ ਜਿੱਥੇ ਭੀੜ ਹੋਵੇ ਉੱਥੇ ਵਿਚਾਰੇ ਕੁਝ ਮੰਗਣ ਵਾਲੇ ਵੀ ਆ ਜਾਂਦੇ। ਇੱਕ ਮੰਗਤਾ ਸਾਇਲ ਕਰੀਬ ਆ ਕੇ ਆਦਾ ਹੈ ਸ਼ਾਮਾ ਲਿਓ ਹੇ ਕੋਈ ਜਿਹੜਾ ਅਲੀ ਅਮੀਰ ਅਲ ਮੋਮਿਨੀਨ ਦੇ ਨਾਂ ਦੀ ਖੈਰਾਤ ਦੇਵੇ। ਬੀਬੀ ਪਾਕ ਇਸ ਨੂੰ ਫਰਮਾਇਆ ਸੱਜਾਦ ਇਸ ਨੂੰ ਆਖ ਮੇਰੇ ਮਾਮਲ ਦੇ ਪਿਛਲੇ ਪਾਸੇ ਆਵੇ ਅਤੇ ਜਿੱਥੋਂ ਉੱਠ ਕਦਮ ਜਾਵੇ ਉੱਥੋਂ ਖੈਰਾਤ ਇਕੱਠੀ ਕਰਦਾ ਜਾਵੇ। ਇਹ ਹਰ ਹਾਲ 'ਚ ਕਰੀ ਮਨ ਸਵਾਲੀ ਬੀਬੀ ਪਾਕ ਦੀ ਸਵਾਰੀ ਦੇ ਪਿਛਲੇ ਪਾਸੇ ਆਇਆ ਦਿਨਾਰਾ ਨਾਲ ਝੋਲੀ ਭਰ ਲਈ ਝੋਲੀ ਭਰ ਕੇ ਆਦਾ ਮੈਨੂੰ ਮਿਲ ਗਈ ਹੈ ਅਲੀ ਦੇ ਨਾਂ ਦੀ ਖੈਰਾਤ ਮੈਂ ਰਾਜ਼ੀ ਹਾਂ। ਉਹ ਏਡਾ ਕਰਮ ਕਰਨ ਵਾਲਾ ਉਹ ਏਡਾ ਅਹਿਸਾਨ ਕਰਨ ਵਾਲਾ ਮੈਨੂੰ ਦੱਸ ਸਹੀ ਤੂੰ ਕੌਣ ਹੈ ਕਿਹੜਾ ਬੰਦਾ ਜਿਹੜਾ ਇਹਨਾਂ ਦੀ ਗੁਰਬਤ 'ਤੇ ਨਾ ਰੋਵੇ। ਉਸ ਵੇਲੇ ਤੇਰੇ ਮੇਰੇ ਚੌਥੇ ਇਮਾਮ ਫਰਮਾਇਆ ਮੈਂ ਵੀ ਅਲੀ ਹਾਂ। ਤੁਹਾਡੀ ਨਸਲ ਆਬਾਦ ਹੋਵੇ। ਬਸ ਆਖਰੀ ਇੱਕ ਦੋ ਮਿੰਟ ਫਰਮਾਇਆ ਅਗਰ ਤੂੰ ਅਲੀ ਹੈ ਤਾਂ ਉਹ ਮਦੀਨੇ ਵਾਲਾ ਅਲੀ ਅਤੇ ਨਬੀਨਿਆਂ ਨੂੰ ਅੱਖਾਂ ਵੀ ਦਿੰਦਾ ਹਾਂ। ਬੀਬੀ ਪਾਕ ਫਰਮਾਇਆ ਸੱਜਾਦ ਫਿਰ ਇਸ ਨੂੰ ਆਖ ਮੇਰੇ ਮਾਮਲ ਦੇ ਪਿਛਲੇ ਪਾਸੇ ਆਵੇ ਅਤੇ ਜਿੱਥੋਂ ਉੱਠ ਕਦਮ ਜਾਵੇ ਨਾ ਉੱਥੋਂ ਪੈਰਾਂ ਦੀ ਧੂੜ ਅੱਖਾਂ 'ਤੇ ਲਾਵੇ। ਸਵਾਲੀ ਨੇ ਬੀਬੀ ਪਾਕ ਦੀ ਸਵਾਰੀ ਦੇ ਪੈਰਾਂ ਦੀ ਧੂੜ ਅੱਖਾਂ 'ਤੇ ਲਾਈ। ਹੁਣ ਬਿਨਾਈ ਮਿਲ ਗਈ ਵਾਪਸ ਆ ਗਈ ਹੁਣ ਵੇਖ ਲੱਗ ਪਿਆ। ਹੁਣ ਇਹ ਨਹੀਂ ਬੋਲਿਆ ਤੇਰਾ ਮੇਰਾ ਚੌਥਾ ਇਮਾਮ ਇਸ ਦੇ ਕਰੀਬ ਆ ਕੇ ਆਦੇ ਨੇ ਹੁਣ ਖੈਰਾਤ ਵੀ ਮਿਲ ਗਈ ਆ ਅੱਖਾਂ ਵੀ ਮਿਲ ਗਏ ਨੇ ਹੁਣ ਜਲਦੀ ਕਰ ਬਾਜ਼ਾਰ 'ਚੋਂ ਨਿਕਲ ਜਾ ਅਤੇ ਜਿਤਨੀ ਦੇਰ ਬਾਜ਼ਾਰ 'ਚ ਥੱਲੇ ਵੇਖੀ ਉੱਤੇ ਨਾ ਵੇਖੀ। ਆਦਾ ਮੌਲਾ ਮੈਨੂੰ ਅੱਖਾਂ ਵੇਖਣ ਵਾਸਤੇ ਨਹੀਂ ਉਹ ਦਿੱਤੀਆਂ ਉਹ ਚਵੈਣ ਕਰਕੇ ਆਦਾ ਦਿੱਤੀਆਂ ਤਾਂ ਵੇਖਣ ਵਾਸਤੇ ਨੇ ਲੇਕਿਨ ਸ਼ਾਇਦ ਤੈਨੂੰ ਪਤਾ ਨਹੀਂ ਜਿਸ ਅਲੀ ਦੇ ਨਾਂ ਦੀ ਖੈਰਾਤ ਮਿਲੀ ਆ ਉਸੇ ਦੀਦੀ ਨੰਗੇ ਸਰ ਹੱਥਾਂ ਵਿੱਚੋਂ ਖੈਰਾਤ ਝੜ ਪਏ ਸਾ ਦੀਵਾਰ ਨਾਲ ਟੱਕਰ ਮਾਰ ਕੇ ਆਦਾ ਖੈਰਾਤ ਹੀ ਵਾਪਸ ਲੈ ਲੈ ਅੱਖਾਂ ਵੀ ਵਾਪਸ ਲੈ ਲੈ ਮੈਨੂੰ ਕਿਸੇ ਸ਼ੈ ਦੀ ਜ਼ਰੂਰਤ ਨਹੀਂ ਅਗਰ ਇਹ ਅਲੀ ਦੀ ਧੀ ਹੈ ਵੱਤ ਇੱਕ ਗੱਲ ਦਾ ਜਵਾਬ ਦੇ ਉਹ ਕਿੱਥੇ ਅੱਜ ਕੱਲ੍ਹ ਗਾਜ਼ੀ ਵੱਸਦਾ ਹੈ ਉਹ ਸ਼ਹਿਰ ਦਾ ਨਾਮ ਡਸਾਏ ਉਹ ਮੈਂ ਕੋਸ਼ਿਸ਼ ਕਰਕੇ ਦੇਦਾ ਹਾਂ ਤੁਹਾਡੀ ਕੈਦ ਦੀ ਵੰਜ ਇਤਨਾਏ ਉਹ ਮੈਂ ਆਖ ਸਜ਼ਾਏ ਨਬ ਰੁੱਲ ਗਈਏ ਉਹ ਤੇਰੀ ਕਿਨ ਗਈ ਪਾਕ ਵਫਾਏ ਉਹ ਕਿਉਂ ਰੁੱਲਦੀ ਏ ਉਪਰੇ ਮੁਲਕ ਦੇ ਵਿੱਚ ਅੱਜ ਜ਼ੈਨਬ ਬਾਜਰਦਾ ਕਸਬੋ ਰਾਲਿਓ ਜਿਹੜੇ ਵੇਲੇ ਅਲੀ ਦੀਦੀ ਗੱਲ ਸੁਣੀਏ ਰੋ ਰੋ ਕਿਆ ਦੀਏ ਉਹ ਮੇਰੇ ਮੁੱਕ ਗਏ ਨੇ ਬਾਣ ਫਿਰਾਵਾ ਦੇ ਅਲਾਲਾ